ਸਤਿੰਦਰ ਸਿੰਘ। ਹਾਂ ਜੀ, ਕੀ ਗੱਲ ਹੈ ਜੀ? ਮੈਂ ਦੁਕਾਨ ਤੋਂ ਆ ਰਿਹਾ ਸੀ, ਆਪਣੇ ਘਰ ਦੇ ਬਾਹਰ ਐਕਟਿਵਾ ਮੇਰੇ ਖਲੋਤੀ ਹੈ ਆਪਣੀ, ਜੇ ਅਤੇ ਉੱਧਰੋਂ ਚਾਰ ਜਣਾ ਹੈ ਅਤੇ ਮੇਰੇ ਆ ਕੇ ਪਛਤਾਵਾ ਰੱਖ ਦਿੱਤੇ ਨਾ ਕੰਨ 'ਤੇ, ਅਤੇ ਪੈਸੇ ਖੋਹ ਕੇ ਲੈ ਗਏ। ਕਿੰਨੇ ਪੈਸੇ ਖੋਹ ਕੇ ਲੈ ਗਏ? ਸਵਾ ਚਾਰ ਸਾਢੇ ਚਾਰ ਵਿੱਚ ਲੱਖ। ਅਤੇ ਕਿੱਥੋਂ ਦੀ ਤੁਸੀਂ ਆਏ ਸੀ ਅਤੇ ਕਿੱਥੇ? ਮੈਂ ਢਾਬ ਤੋਂ, ਆਪਣੀ ਦੁਕਾਨ ਤੋਂ ਆਇਆ ਘਰ। ਸਾਰਾ ਕੰਮ ਕਰਦੇ? ਮੈਂ ਖੰਡ ਘਿਓ ਦਾ ਕੰਮ ਕਰਦਾ। ਅਤੇ ਕੋਈ ਗਨ ਪੁਆਇੰਟ ਲੈ ਕੇ ਕਿੰਨੇ ਵਿਅਕਤੀ? ਹਾਂਜੀ, ਕਿੰਨੇ ਵਿਅਕਤੀ ਸੀ? ਚਾਰ ਜਣੇ ਸੀ, ਦੋ ਸਰਦਾਰ ਦੋ ਮੁੰਨੇ ਸੀ। ਮੂੰਹ ਬੰਦੇ ਹੋਏ ਸੀ? ਹਾਂ, ਦੋ ਨੇ ਮੂੰਹ ਬੰਦੇ, ਦੋ ਦੇ ਖੁੱਲ੍ਹੇ ਸੀ। ਗਨ ਪੁਆਇੰਟ ਲੈ ਕੇ? ਹਾਂਜੀ। ਕੀ ਮੰਗ ਕਰਦੇ ਹੋ? ਸਾਫ ਚਾਹੀਦਾ, ਸਾਫ ਦੋ ਚਾਹੀਦਾ, ਬੰਦੇ ਫੜਨੇ ਚਾਹੀਦੇ। ਕੋਈ ਸੀ ਸੀ ਟੀ ਵੀ ਆਈ ਸਾਹਮਣੇ? ਆਹ ਫੋਟੋ ਦਿੱਤੀ ਨਾ, ਪਰ ਧੁੰਦਲੀ ਫੋਟੋ ਆ। ਮੇਰਾ ਨਾਮ ਸਰਬਜੀਤ ਕੌਰ ਹੈ ਅਤੇ ਮੇਰੇ ਹਸਬੈਂਡ ਆਏ ਸੀ ਸ਼ੋਪ ਤੋਂ, ਸਾਡਾ ਆਪਣਾ ਕੰਮ ਹੈਗਾ ਢਾਬ 'ਤੇ ਘਿਓ ਖੰਡ ਦਾ, ਅਤੇ ਮੈਂ ਬੂਹਾ ਖੋਲ੍ਹਣ ਆਈ ਹਾਂ। ਇੰਨੇ ਨੂੰ ਚਾਰ ਜਣੇ ਹੈਗੇ ਸੀ, ਉਹਨਾਂ ਨੇ ਪਹਿਲੇ ਇਹਨਾਂ ਦੀ ਐਕਟਿਵਾ ਸੁੱਟੀ ਹੈ, ਐਕਟਿਵਾ 'ਚ ਉਹਨਾਂ ਕੋਲ ਪੇਮੈਂਟ ਹੈਗੀ ਸੀ, ਅਤੇ ਉਹਨਾਂ ਨੇ ਇਹਨਾਂ ਦੇ ਹੱਥੋਂ ਥੈਲਾ ਫੜਿਆ, ਇਹਨਾਂ ਨੇ ਫੜ ਲਿਆ, ਫਿਰ ਉਹਨਾਂ ਨੇ ਧੱਕਾ ਵਗੈਰਾ ਮਾਰਿਆ, ਅਤੇ ਮੈਂ ਕਿਹਾ ਰੁਕ ਜਾਓ ਕੀ ਹੋਇਆ ਕੀ ਹੋਇਆ। ਮੈਂ ਸਮਝਿਆ ਕੋਈ ਲੜਾਈ ਹੋਈ ਇਹਨਾਂ ਦੀ ਬਾਹਰ, ਪਰ ਬਾਅਦ 'ਚੋਂ ਉਹਨੇ ਰਿਵੋਲਵਰ ਕੱਢ ਲਿੱਤੀ, ਰਿਵੋਲਵਰ ਕੱਢੀ ਅਤੇ ਰਿਵੋਲਵਰ ਕੱਢ ਕੇ ਅਤੇ ਇਹਨਾਂ 'ਤੇ ਰੱਖ ਦਿੱਤੀ ਕਿ ਥੈਲਾ ਮੈਨੂੰ ਪੇਮੈਂਟ, ਇਹ ਥੈਲਾ ਦਿਓ। ਅਤੇ ਉਹ ਉਹਨਾਂ ਨੇ ਡਿੱਕੀ 'ਚੋਂ ਹੀ ਪੈਸੇ ਕੱਢੇ, ਡਿੱਕੀ 'ਚੋਂ ਉਹਨੂੰ ਜਿਵੇਂ ਕਿਸੇ ਨੂੰ ਕਿਸੇ ਨੇ ਸੂਹ ਦਿੱਤੀ ਇਹਨਾਂ ਨੂੰ, ਕਿਸ ਕੋਈ ਇਹਨਾਂ ਦੇ ਮਗਰ ਲੱਗਾ ਸੀ। ਉਹ ਇੱਥੋਂ ਸਾਡੇ ਘਰ ਦੁੱਗ ਗਈ, ਇਹਨਾਂ ਦੇ ਪਿੱਛੋਂ ਆਏ ਅਤੇ ਅੱਗੇ ਨਹੀਂ ਗਏ, ਮੋੜ ਆਏ ਨੇ ਵਾਪਸ ਹੀ। ਇਹ 8 ਵਜੇ ਦੀ ਹੈਗੀ। ਚਾਰ ਜਣੇ ਸੀ, ਦੋ ਸਰਦਾਰ ਦੋ ਹਿੰਦੂ ਸੀ। ਗਨ ਦੋ ਜਣਿਆਂ ਨੇ ਕੱਢੀ ਸੀ, ਦੋਨੋਂ ਹਿੰਦੂ ਸੀ ਜਿਨ੍ਹਾਂ ਨੇ ਗਨ ਕੱਢੀ ਸੀ, ਅਤੇ ਉਹਨਾਂ ਨੇ ਇਹਨਾਂ ਦੇ ਰੱਖ ਦਿੱਤੀ, ਅਤੇ ਮੈਂ ਫਿਰ ਗਾਲਾਂ ਕੱਢੀਆਂ। ਮੈਂ ਕਿਹਾ ਓਏ ਰੁਕ ਜਾ, ਤੂੰ ਰਿਵੋਲਵਰ ਨਾ ਕੱਢ, ਤੂੰ ਰਿਵੋਲਵਰ ਪਿੱਛੇ ਕਰ। ਅਤੇ ਉਹਨੇ ਅੱਗੋਂ ਫਾਇਰ ਕਰਨ ਲੱਗਾ ਸੀ, ਅਤੇ ਮੇਰੀ ਆਵਾਜ਼ ਉੱਚੀ ਸੀ ਅਤੇ ਗਲੀ ਵਿੱਚ, ਅਤੇ ਉਹ ਪਿੱਛੋਂ ਦੋ ਭਾਅ ਜੀ ਫਿਰ ਆ ਗਏ ਮੇਰੇ ਮਤਲਬ ਸੁਣ ਕੇ, ਅਤੇ ਉਹ ਰਿਵੋਲਵਰ, ਪਰ ਇੰਨੇ ਦਿਨ ਉਹਨੇ ਥੈਲਾ ਇਹਨਾਂ ਕੋਲ ਖੋਹ ਲਿੱਤਾ ਸੀ। ਅਸੀਂ ਮੰਗ ਕਰਦੇ ਹਾਂ ਕਿ ਇਹੋ ਜਿਹੜੇ ਵੀ ਕਰ ਰਹੇ ਨੇ ਇਹਨਾਂ ਨੂੰ ਰੋਕਿਆ ਜਾਵੇ, ਇਹਨਾਂ ਨੂੰ ਮਤਲਬ ਇਹੋ ਜਿਹੀਆਂ ਸਜ਼ਾ ਮਿਲਣ ਕਿ ਕਿਸੇ ਦੇ ਹੱਕ ਹਲਾਲ ਦੀ ਕਮਾਈ ਹੁੰਦੀ ਹੈ, ਮਿਹਨਤ ਹੁੰਦੀ ਹੈ, ਕੋਈ ਅਗਲਾ ਕੀ ਪਤਾ ਕਿਵੇਂ ਕਮਾਈ ਕਰਕੇ ਆਇਆ ਵੈ ਜਾਂ ਨਹੀਂ ਕਰਕੇ ਆਇਆ, ਕਿ ਇਹ ਲੋਕ ਲੁੱਟ ਖੋਰ ਬਹੁਤ ਹੀ ਕਰਦੇ ਪਏ ਆ। ਕਿੰਨੇ ਪੈਸੇ ਹੈਗੇ ਸੀ ਜਿਹੜੇ ਲੈ ਗਏ ਫਰਾਰ? ਮੈਨੂੰ ਪੇਮੈਂਟ ਤਾਂ ਪਤਾ ਹੀ ਨਹੀਂ ਸੀ, ਮੈਂ ਹਜੇ ਕਦੀ ਮਤਲਬ ਪੁੱਛਿਆ ਹੀ ਨਹੀਂ ਆਪਾਂ ਕਦੀ, ਜਿਵੇਂ ਅੱਗੇ ਆਇਆ ਅਤੇ ਉਹਨਾਂ ਨੇ ਪੇਮੈਂਟ ਰੱਖੀ, ਮੈਂ ਕਦੀ ਧਿਆਨ ਹੀ ਇਹਨਾਂ ਨੂੰ ਕਦੀ ਪੁੱਛਿਆ ਹੀ ਨਹੀਂ ਕਿ ਤੁਹਾਡੇ ਕੋਲ ਕਿੰਨੀ ਪੇਮੈਂਟ ਹੈ ਅਤੇ ਕੀ ਹਿਸਾਬ ਕਿਤਾਬ ਹੈ। ਇਹ ਜਤਿੰਦਰ ਸਿੰਘ ਨੇ ਜੀ, ਇੱਥੋਂ ਦੇ ਇਹਨਾਂ ਦੀ ਢਾ ਬਸਤੀ ਰਾਮ ਦੇ ਵਿੱਚ ਸ਼ੋਪ ਆ ਹੋਲਸੇਲ ਦੀ, ਖੰਡ ਘਿਓ ਦੀ। ਇਹ ਡੇਲੀ ਆਉਂਦੇ ਨੇ, ਰੂਟੀਨ ਦੀ ਤਰ੍ਹਾਂ ਜਿਹੜੇ ਸ਼ਾਮ ਨੂੰ ਬੰਦ ਕਰਕੇ ਆਉਂਦੇ ਆ, ਅਤੇ ਉਹ ਇੱਥੇ ਇਹਨਾਂ ਨੇ ਘਰ ਆਪਣੇ ਪਹੁੰਚੇ, ਘਰ ਦੇ ਲਾਗੇ ਅੰਦਰ ਵੜਨ ਲੱਗੇ ਗੇਟ ਖੋਲ੍ਹ ਕੇ, ਹੁਣ ਤਾਂ ਉਹਨੂੰ ਮੋਟਰਸਾਈਕਲ 'ਤੇ ਆਏ ਚਾਰ ਜਣੇ, ਦੋ ਮੋਟਰਸਾਈਕਲ ਦੇ, ਉਹ ਇਹਨਾਂ ਨੇ ਜਿਹੜਾ ਵਾ ਰੋਕ ਕੇ ਇਹਨਾਂ ਦੀ ਜਿਹੜੀ ਅੱਜ ਦੀ ਜਿਹੜੀ ਸੇਲ ਹੈਗੀ ਜੀ ਉਹ ਪੈਕ ਹੋ ਕੇ ਲੈ ਗਏ। ਹਾਂ, ਦੇਖ ਰਿਹਾ ਸੀ ਸੀਸੀਟੀਵੀ। ਇਹ ਇਹਨਾਂ ਨੂੰ ਦੱਸਣ ਮੁਤਾਬਕ ਕਰੀਬ 4 ਲੱਖ ਰੁਪਏ ਬਸ, ਪਰ ਕੇਸ ਰਜਿਸਟਰ ਕਰ ਲਿਆ, ਬਾਕੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜਲਦੀ ਫੜ ਲਾਂਗੇ। ਹਾਂ, ਵੈਪਨ ਵੀ ਹੈਗੇ ਇਹਨਾਂ। ਕੋਈ ਨਹੀਂ, ਜਲਦੀ ਫੜ ਲਾਂਗੇ ਕਿੰਨੀ ਵਾਰ।